ਦਾ ਦਸਵੇਂ ਪਾਤਸ਼ਾਹ ਨੇ ਜਦੋਂ ਤੋੜਿਆ ਮਹਾਰਾਸ਼ਟਰ ਤੋਂ ਨੰਦੇੜ ਦੀ ਧਰਤੀ ਤੋਂ ਮਹਾਰਾਜ ਤੋੜਿਆ ਨਗਾਰੇ ਨਿਸ਼ਾਨ ਦੇ ਕੇ ਤੋੜਿਆ ਵੀ ਸਿੱਖ ਜਗਤ ਨੇ ਇਹਨਾਂ ਦੇ ਤਾਪਿਆ ਰਹਿਣਾ ਜਿਹੜੀ ਦੇਰੀ ਦੀ ਤਾਪਿਆ ਰਹੇ ਨੇ ਉਹਨਾਂ ਦੇ ਸਦਾ ਰਾਜ ਭਾਗ ਰਿਹਾ ਵਾ ਕਿਉਂਕਿ ਪੰਥ ਅੱਜ ਵੀ ਰਾਜ ਕਰਦਾ ਪਹਿਲਾਂ ਵੀ ਕਰਦੇ ਗਾਂ ਵੀ ਕਰਦਾ ਰਹੂਗਾ ਤੰਗੀਆਂ ਚੱਲਦੀਆਂ ਰਹੀਆਂ ਨੇ ਪਰ ਮਹਾਰਾਜ ਨੇ ਕਿਸੇ ਕੋਲ ਕਮੀ ਨਹੀਂ ਰਹਿਣ ਦਿੱਤੀ ਜੇ ਗਾਂ ਵੀ ਰਾਜ ਕਰਦਾ ਰਹਿਣਾ ਖਾਲਸੇ ਨੇ ਇੱਥੇ ਗੱਜਣਾ ਵਾ ਜਿਹੜਾ ਸ਼ਰਨ ਪਊਗਾ ਉਹ ਰਾਜ ਸੰਭਾਲ ਲੂਗਾ ਜੇ ਤੁਸੀਂ ਆਪਣੇ ਪਿਓ ਤੋਂ ਆਗੀ ਹੋ ਕੇ ਚੱਲੋਗੇ ਫੇਰ ਤੁਹਾਨੂੰ ਦਖਲ ਕਰ ਦੇ ਦਖਲੀ ਹੋ ਪੰਥ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਪੰਥ ਕਦੇ ਢਹਿਣੀ ਕਾਟ ਨਹੀਂ ਜਾਂਦਾ ਪੰਥ ਕਲ ਗਿਆ ਦਾ ਦੇਖ ਕੇ ਵਿੱਚ ਕਰੇ ਕਿ ਜੋ ਆਪ ਬੰਦਲਾ ਬਣਾਇਆ ਹੋਏ ਪੰਥ ਸਾਜਿਆ ਕਾਲ ਪੁਰਖ ਨੇ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟ ਹੋ ਖਾਲਸਾ ਪਰਮਾਤਮਾ ਉਹਦੇ ਹੁਕਮ ਨਹੀਂ ਪ੍ਰਗਟ ਹੋਇਆ ਉਹਦੇ ਹੁਕਮ ਚੱਲਦਾ ਇਹਨੂੰ ਕੋਈ ਨੀਵਾਂ ਨਹੀਂ ਦਿਖਾ ਸਕਦਾ ਨਾ ਇਹਨੂੰ ਘਟਾ ਲਾ ਸਕਦਾ ਪੰਥ ਦੇ ਅੱਜ ਵੀ ਆ ਆਉਣ ਵਾਲੇ ਸਦੀਆਂ ਤੱਕ ਚੰਦ ਸੂਰਜ ਖਤਮ ਹੋ ਜਾਣਗੇ ਇਹ ਪੰਥ ਨੂੰ ਕੋਈ ਖਤਮ ਨਹੀਂ ਕਰ ਸਕਦਾ